ਆਉਂਦੇ ਆ ਕੋਲੋਰਾਡੋ ਟੈਂਪਾ ਬੇ ਦੂਸਰਾ ਮੁਕਾਬਲਾ ਤਾਂ ਇੱਥੇ ਦੇਖਦੇ ਆ 1-0 ਕਰ ਦੇਣਾ ਉਹੀ ਖਿਡਾਰੀ ਵਲੇਰੀ ਨਿਚੂਸ਼ਕਿਨ ਪਾਵਰ ਪਲੇ ਚੱਲਦੀ ਸੀ ਕੋਲੋਰਾਡੋ ਐਵਲੈਂਚ ਦੀ ਤੇ ਵਧੀਆ ਪਾਸ ਇੱਥੇ ਹੋਣਾ ਬਰਕਾਸਕੀ ਦਾ ਤੇ ਰੀਡਾਇਰੈਕਟ ਕਰ ਦੇਣਾ ਨਿਚੂਸ਼ਕਿਨ ਨੇ ਸੱਤਵਾਂ ਗੋਲ ਪਲੇਆਫਸ ਦਾ ਇਹ ਨਹੀਂ ਹਟਦਾ ਹਾਂਜੀ ਮੈਂ ਥੋੜ੍ਹੇ ਹਿੰਟ ਮਾਰਿਆ ਇੱਥੇ 1-0 ਮੁਕਾਬਲਾ ਚੱਲ ਰਿਹਾ ਸੀ ਫਿਰ ਜੋਸ਼ ਮੈਨਸਨ ਕਹਿੰਦਾ ਮੈਂ ਪੌਲ ਕਾਫੀ ਦਿਖਾ ਕੇ ਤੁਹਾਨੂੰ ਇੱਥੇ ਦਿਖਾਉਣਾ ਕਿੱਦਾਂ ਗੋਲ ਕਰੀ ਰਹੇ ਆ ਵਧੀਆ ਪਲੇਆਫਸ ਚੱਲ ਰਹੇ ਮੈਨਸਨ ਦੇ ਤੇ ਕਮਾਲ ਦਾ ਸਟੈਨਲੀ ਕੱਪ ਫਾਈਨਲ ਉੱਥੇ ਕੀਤਾ ਗੋਲ ਤੀਜਾ ਗੋਲ ਪਲੇਆਫਸ ਦਾ ਖਿੱਚ ਕੇ ਮਾਰਿਆ ਨਿਸ਼ਾਨਾ ਕਰ ਦਿੱਤਾ ਗੋਲ ਮੁੰਡੇ ਨੇ ਕਿਆ ਬਾਤ ਜੀ ਦੂਸਰੇ ਪੀਰੀਅਡ ਨੂੰ ਹੁਣ ਜਾਂਦੇ ਹਾਂ ਜਿੱਥੇ 3-0 ਮੁਕਾਬਲਾ ਚੱਲ ਰਿਹਾ ਸੀ ਤਾਂ ਇੱਕ ਹੋਰ ਗੋਲ ਕਰ ਦੇਣਾ ਉਹੀ ਖਿਡਾਰੀ ਵਲੇਰੀ ਨਿਚੂਸ਼ਕਿਨ ਕਰ ਦੇਣਾ ਜੀ ਕਰ ਦੇਣਾ ਨੈੱਟ ਦੇ ਸਾਹਮਣੇ ਇੱਥੇ ਖੜਾ ਸੀਗਾ ਨਿਚੂਸ਼ਕਿਨ ਤੇ ਦੂਜਾ ਗੋਲ ਕਰ ਗਿਆ ਮੈਚ ਦਾ ਵਧੀਆ ਪਾਸ ਇੱਥੇ ਆਉਣਾ ਮੀਖੋ ਰੈਂਟਨਨ ਦਾ ਤੇ ਬਾੜਾ ਟਰਨਓਵਰ ਫਲਾਟ ਦਾ ਹੁਣ ਜਾਂਦੇ ਤੀਜੇ ਪੀਰੀਅਡ ਨੂੰ ਜਿੱਥੇ ਆਹ ਦੇਖਿਓ ਜੀ 5-0 ਮੁਕਾਬਲਾ ਚੱਲ ਰਿਹਾ ਸੀ ਉਹ ਵੀ ਜਵਾਬੀ ਹਮਲੇ ਤੇ ਖੇਲ ਮੁਖਾਰ ਕਿਆ ਸ਼ਾਟ ਪੁਆਇੰਟਸ ਪੱਖੋ ਆਗੂ ਆਪਣੀ ਟੀਮ ਦਾ ਪਲੇਆਫਸ ਦੇ ਵਿੱਚ ਸ਼ੋਰਟ ਹੈਂਡਡ ਗੋਲ ਸ਼ੇਮਾ ਗੋਲ ਪਲੇਆਫਸ ਦਾ ਖੇਲ ਮੁਖਾਰ ਕਰ ਗਿਆ ਕਮਾਲ 6-0 ਜਿੱਤ ਰਹੇ ਸੀ ਤਾਂ ਮੁਖਾਰ ਵੀ ਕਹਿੰਦਾ ਯਾਰ 7 ਕਰਕੇ ਹਟਣਾ ਆਹ ਦੇਖ ਲਿਓ ਖਿੱਚ ਕੇ ਨਿਸ਼ਾਨਾ ਮਾਰਨਾ ਕਿਆ ਪਾਸ ਕਿਆ ਗੋਲ ਆਏ ਹਾਏ ਨੋ ਲੁੱਕ ਪਾਸ ਇੱਥੇ ਮੀਖੋ ਰੈਂਟਨਨ ਦੀ ਵਧੀਆ ਪਾਸ ਤੇ ਪਾਵਰ ਪਲੇ ਤੇ ਕਰ ਗਿਆ ਇੱਕ ਵਾਰੀ ਹੋਰ ਖੇਲ ਮੁਖਾਰ 7ਵਾਂ ਗੋਲ ਇਸ ਸੀਜ਼ਨ ਦੇ ਪਲੇਆਫਸ ਦਾ ਵਾਹ ਜੀ ਵਾਹ ਤਾਂ ਪੂਰੇ ਕੁੱਟ ਕਟਾਪੇ